ਸਤਿ ਸ਼੍ਰੀ ਅਕਾਲ ਵੈਲਕਮ ਟੂ ਬਲੂ ਬਟਰੀਵੋ ਮੈਂ ਜਤਿੰਦਰ ਸਿੰਘ ਤੇ ਜਿਵੇਂ ਕਿ ਲਾਸਟ ਵੀਕ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਕਿ ਕਪਲ ਦੇ ਦੋ ਸ਼ੈਂਗਨ ਵੀਜ਼ਾ ਆਏ ਸੀਗੇ ਤੁਸੀਂ ਆ ਵੇਖੇ ਸੀਗੇ ਲਾਸਟ ਵੀਡੀਓ ਚ ਆਪਾਂ ਤੁਹਾਨੂੰ ਸ਼ੋਅ ਵੀ ਕੀਤੇ ਸੀਗੇ ਇਹ ਸਵਿਟਜ਼ਰਲੈਂਡ ਦੇ ਵੀਜ਼ਾ ਸੀਗੇ ਤੇ ਕਪਲ ਦਾ ਵੀਜ਼ਾ ਆਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਇੱਕ ਵੀਡੀਓ ਤੁਹਾਨੂੰ ਸ਼ੋਅ ਕੀਤਾ ਸੀਗਾ ਕਿ ਯੂਕੇ ਦੇ ਦੋ ਵੀਜ਼ਾ ਆਏ ਸੀਗੇ ਵੀ ਕਪਲ ਦੇ ਵੀਜ਼ਾ ਸੀਗੇ ਤੇ ਹੁਣ ਇੱਕ ਨਵਾਂ ਅੱਜ ਦੋ ਕਪਲ ਦੇ ਹੋਰ ਵੀਜ਼ਾ ਆਏ ਨੇ ਸਵਿਟਜ਼ਰਲੈਂਡ ਤੋਂ ਯਾਨੀ ਕਿ ਕਪਲ ਦੀ ਬਹੁਤ ਵਧੀਆ ਟਾਈਮ ਚੱਲ ਰਿਹਾ ਜੇ ਪ੍ਰੋਫਾਈਲ ਦੀ ਜੇ ਗੱਲ ਕਰੀਏ ਤਾਂ ਪ੍ਰੋਫਾਈਲ ਵੀ ਇਹਨਾਂ ਦੀ ਬਹੁਤ ਮੀਡੀਅਮ ਸੀਗੀ ਇਹਨਾਂ ਦੀ ਟਰੈਵਲ ਹਿਸਟਰੀ ਵੀ ਸਿਰਫ ਦੁਬਈ ਦੀ ਸੀਗੀ ਇਹਨਾਂ ਨੇ ਸਿਰਫ ਦੁਬਈ ਚ ਟਰੈਵਲ ਕੀਤਾ ਹੋਇਆ ਹੋਰ ਕਿਸੇ ਕੰਟਰੀ ਦੀ ਕੋਈ ਟਰੈਵਲ ਹਿਸਟਰੀ ਨਹੀਂ ਪ੍ਰੋਫਾਈਲ ਸਿੰਪਲ ਬਿਜ਼ਨਸ ਡਾਕੂਮੈਂਟ ਸੀਗੇ ਬਿਜ਼ਨਸ ਕਰ ਰਹੇ ਸੀਗੇ ਉਹਦੇ ਹੀ ਇਹਨਾਂ ਨੇ ਕੰਪਲੀਟ ਡਾਕੂਮੈਂਟ ਲਾਏ ਨੇ ਇਹਨਾਂ ਨੇ ਕਪਲ ਦਾ ਵੀਜ਼ਾ ਅਪਲਾਈ ਕੀਤਾ ਸੀਗਾ ਯਾਨੀ ਕਿ ਦੋਵੇਂ ਟਰੈਵਲ ਕਰ ਰਹੇ ਨੇ ਤੇ ਦੋਵਾਂ ਨੂੰ ਹੀ ਵੀਜ਼ਾ ਮਿਲਿਆ ਹੈ ਬਟ ਵੀਜ਼ਾ ਜੋ ਮਿਲਿਆ ਉਹ ਸਿਰਫ 9 ਦਿਨ ਦਾ ਮਿਲਿਆ ਕਿਉਂਕਿ ਤੁਹਾਨੂੰ ਸ਼ਾਇਦ ਪਤਾ ਹੋਏਗਾ ਕਿ ਸ਼ੈਂਗਨ ਜਦੋਂ ਵੀਜ਼ਾ ਇਸ਼ੂ ਕਰਦਾ ਹੈ ਉਹ ਮੈਕਸੀਮਮ 3 ਮੰਥ ਦਾ ਵੀਜ਼ਾ ਦਿੰਦਾ ਹੈ ਪਰ ਪ੍ਰੋਫਾਈਲ ਨੂੰ ਦੇਖ ਕੇ ਵੀਜ਼ਾ ਦਿੱਤਾ ਜਾਂਦਾ ਹੈ ਜੇ ਉਹਨਾਂ ਨੂੰ ਲੱਗਦਾ ਹੈ ਕਿ ਪ੍ਰੋਫਾਈਲ ਵੀਕ ਹੈ ਤਾਂ ਉਹਨਾਂ ਨੂੰ ਵੀਜ਼ਾ ਜਿਹੜਾ ਛੋਟਾ ਦੇ ਦਿੱਤਾ ਜਾਂਦਾ ਹੈ ਉਵੇਂ ਹੀ ਇਹਨਾਂ ਨੂੰ ਜਿਹੜਾ ਵੀਜ਼ਾ ਮਿਲਿਆ ਸਿਰਫ 9 ਦਿਨ ਦਾ ਮਿਲਿਆ ਕਿਉਂਕਿ 9 ਦਿਨ ਦਾ ਅਸੀਂ ਟਰੈਵਲ ਪਲਾਨ ਦਿਖਾਇਆ ਸੀਗਾ ਤੇ 1 ਜੂਨ ਤੋਂ ਸਟਾਰਟ ਹੋ ਕੇ 9 ਜੂਨ ਤੱਕ ਇਹਨਾਂ ਦਾ ਵੀਜ਼ਾ ਤੇ ਟਰੈਵਲ ਸਿਰਫ ਇਹਨੇ ਦਿਨਾਂ ਚ ਕਰ ਸਕਦੇ ਆ ਬਟ ਇੱਕ ਬਹੁਤ ਵਧੀਆ ਇਹਨਾਂ ਨੂੰ ਇੱਕ ਮੌਕਾ ਮਿਲ ਗਿਆ ਸ਼ੈਂਗਨ ਚ ਜਾਣ ਦਾ ਤਾਂ ਸਵਿਟਜ਼ਰਲੈਂਡ ਹੀ ਟਰੈਵਲ ਕਰਨ ਵਾਲੇ ਨੇ ਤਾਂ ਸਵਿਟਜ਼ਰਲੈਂਡ ਦਾ ਵੀਜ਼ਾ ਸਕਸੈਸ ਰੇਟ ਜੋ ਹੈ ਇਸ ਟਾਈਮ ਬਹੁਤ ਵਧੀਆ ਚੱਲ ਰਿਹਾ ਤੇ ਕਪਲ ਲਈ ਵਧੀਆ ਸਿੰਗਲ ਦੇ ਵੀ ਵੀਜ਼ਾ ਆ ਰਹੇ ਨੇ ਬਟ ਕਪਲ ਦੇ ਨਾਲ ਵੀਜ਼ਾ ਦੇ ਚਾਂਸ ਜ਼ਿਆਦਾ ਨੇ ਤੁਸੀਂ ਵੀ ਆਪਣਾ ਕਪਲ ਦੇ ਨਾਲ ਸ਼ੈਂਗਨ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੀ ਟੀਮ ਨਾਲ ਕੰਟੈਕਟ ਕਰਕੇ ਸ਼ੈਂਗਨ ਵੀਜ਼ਾ ਜੋ ਹੈ ਅਪਲਾਈ ਕਰ ਸਕਦੇ ਹੋ ਫਿਰ ਮਿਲਦੇ ਹਾਂ ਫਿਰ ਆਪਾਂ ਨੈਕਸਟ ਵੀਡੀਓ ਜਦੋਂ ਤੱਕ ਲਈ ਸਤਿ ਸ਼੍ਰੀ ਅਕਾਲ